ਕਿਹਾ ਜਾਂਦਾ ਕਿ ਜਦੋਂ ਬੰਦਾ ਸਾਰੇ ਪਾਸਿਓਂ ਇਨਸਾਫ਼ ਦੀ ਉਮੀਦ ਖਤਮ ਕਰ ਲਵੇ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਉਂਦਾ, ਕਿਉਂਕਿ ਉਸਨੂੰ ਭਰੋਸਾ ਹੁੰਦਾ ਕਿ ਅਦਾਲਤ ਇਨਸਾਫ਼ ਕਰੇਗੀ ਅਤੇ ਸਾਹਮਣੇ ਕੁਰਸੀ 'ਤੇ ਬੈਠਾ ਜੱਜ ਸਹੀ ਫੈਸਲਾ ਦੇਵੇਗਾ। ਪਰ ਇਹ ਵੀਡੀਓ ਦੇਖ ਕੇ ਤੁਸੀਂ ਖੁਦ ਕਹੋਗੇ ਕਿ ਅਜਿਹੇ ਜੱਜ ਇਨਸਾਫ਼ ਕੀ ਕਰਨਗੇ ਜੋ ਖੁਦ ਵਿਕ ਚੁੱਕੇ ਹੋਣ। ਵੀਡੀਓ ਸ੍ਰੀ ਮੁਕਤਸਰ ਸਾਹਿਬ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਇਹ ਬੀਬੀ ਆਪਣੇ ਨਾਲ ਹੋਈ ਬੇਇਨਸਾਫ਼ੀ ਬਾਰੇ ਦੱਸ ਰਹੀ ਹੈ ਕਿ ਉਸਦੇ ਕੇਸ ਨੂੰ ਜੱਜ ਨੇ ਪੈਸੇ ਲੈ ਕੇ ਫੈਸਲਾ ਬਦਲਣ ਦੀ ਗੱਲ ਕਹਿ ਦਿੱਤੀ ਕਿ ਮੈਨੂੰ ਪੈਸੇ ਦੇ, ਮੈਂ ਫੈਸਲਾ ਤੇਰੇ ਹੱਕ ਵਿੱਚ ਕਰ ਦਿਆਂਗਾ। ਮੇਰਾ ਨਾਮ ਕੁਲਵਿੰਦਰ ਕੌਰ, ਮੈਂ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੀ ਹਾਂ। ਮੇਰੇ ਹਸਬੈਂਡ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ, ਜਿਹਦਾ ਕੇਸ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਚੱਲਦਾ ਸੀ। ਉੱਥੋਂ ਦੇ ਜੱਜ ਕਰਨੈਲ ਸਿੰਘ ਆਹੀ ਮੈਨੂੰ ਇੱਕ ਦਿਨ ਕਹਿੰਦੇ, ਬੇਟਾ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਸਰ ਸਿਲਾਈ ਦਾ ਕੰਮ। ਕਹਿੰਦੇ ਚਲੋ ਤੁਸੀਂ ਆਪਣਾ ਨੰਬਰ ਦੇ ਜਾਓ, ਲੋੜ ਪਈ ਤਾਂ ਤੁਹਾਨੂੰ ਬੁਲਾ ਲਾਂਗੇ। ਮੈਂ ਆਪਣਾ ਨੰਬਰ ਦੇ ਕੇ ਉੱਥੋਂ ਆ ਗਈ। ਫਿਰ ਉਹਨਾਂ ਨੇ ਮੈਨੂੰ ਥੋੜ੍ਹੇ ਜਿਹੇ ਦਿਨਾਂ ਬਾਅਦ ਫੋਨ ਕੀਤਾ। ਜਾਪ ਸਾਹਿਬ ਕਹਿੰਦੇ ਕਰਨੈਲ ਸਿੰਘ ਆਏਗੇ, ਬੇਟਾ ਜੀ ਤੁਸੀਂ ਕੋਰਟ 'ਚ ਆਓਗੇ? ਮੈਂ ਕਿਹਾ ਹਾਂਜੀ ਸਰ। ਮੈਂ ਚਲੀ ਗਈ। ਕਹਿੰਦੇ ਚਲੋ ਆਓ, ਤੁਹਾਨੂੰ ਮਿਲਾਵਾਂ ਕਿਸੇ ਨਾਲ। ਜਦੋਂ ਮੈਨੂੰ ਥੱਲੇ ਲੈ ਕੇ ਜਾਂਦੇ, ਉੱਥੇ ਪੰਜ ਚਾਰ ਜਣੇ ਬੈਠੇ ਹੁੰਦੇ ਆ। ਕਹਿੰਦਾ ਇਹ ਆਪਣੀ ਬੇਟੀ ਆ, ਅਤੇ ਮੈਨੂੰ ਦੱਸਦਾ ਵੀ ਇਹ ਹੈਗੇ ਜੱਜ ਸਾਹਿਬ ਕਿਸ਼ੋਰ ਕੁਮਾਰ ਸਾਹਿਬ, ਇਹ ਵਿਸ਼ੇਸ਼ ਕੁਮਾਰ ਜੱਜ ਸਾਹਿਬ, ਇਹ ਮੈਡਮ ਅਰਚਨਾ ਕੰਬੋਜ ਜੀ, ਮੈਡਮ ਅਰਚਨਾ ਕੰਬੋਜ, ਉਹਨਾਂ ਦਾ ਸਟੈਨੋ ਕਿਰਪਾ ਰਾਮ। ਇੰਨੀ ਗੱਲ ਕਹਿ ਕੇ ਅਤੇ ਮੈਨੂੰ ਕਹਿੰਦੇ ਨਾ ਤੁਸੀਂ ਬੇਟਾ ਆਪਣਾ ਨੰਬਰ ਦੇ, ਜੇ ਲੋੜ ਪਈ ਤਾਂ ਤੁਹਾਨੂੰ ਫੋਨ ਕਰ ਲਾਂਗੇ। ਮੈਂ ਆ ਜਾਂਦੀ ਹਾਂ ਉੱਥੋਂ। ਫਿਰ ਮੈਨੂੰ ਦੋ ਤਿੰਨ ਦਿਨਾਂ ਬਾਅਦ ਮੈਡਮ ਅਰਚਨਾ ਕੰਬੋਜ ਫੋਨ ਕਰਦੀ। ਮੈਡਮ ਕਹਿੰਦੀ ਬੇਟੇ ਤੁਸੀਂ ਕਿੱਥੇ ਹੋ? ਮੈਂ ਕਿਹਾ ਮੈਡਮ ਜੀ ਘਰ। ਕਹਿੰਦੇ ਚਲੋ ਤੁਸੀਂ ਕਚਹਿਰੀ ਆਓ ਇੱਕ ਵਾਰ। ਮੈਂ ਕਚਹਿਰੀ ਚਲੀ ਜਾਂਦੀ ਹਾਂ। ਕਹਿੰਦੀ ਬੇਟੇ ਆਇਆ ਕਰਕੇ ਆਪਣਾ ਬਾਈਪਾਸ ਅਤੇ ਸਮਾਨ ਆ ਫੜ ਕੇ ਲਿਆ ਬਠਿੰਡਾ ਬਾਈਪਾਸ। ਮੈਂ ਚਲੀ ਜਾਂਦੀ ਹਾਂ। ਉੱਥੋਂ ਇੱਕ ਗੱਡੀ ਆਉਂਦੀ ਹੈ, ਉਹਦੇ ਵਿੱਚੋਂ ਦੋ ਜਣੇ ਨਿਕਲਦੇ ਆ। ਉਹ ਮੈਨੂੰ ਪੁੱਛਦੇ ਤੁਹਾਡਾ ਨਾਂ ਕੁਲਵਿੰਦਰ ਹੈ? ਮੈਂ ਹਾਂਜੀ। ਉਹ ਮੈਨੂੰ ਸਮਾਨ ਥੈਲਾ ਫੜਾ ਕੇ ਚਲੇ ਜਾਂਦੇ ਆ। ਮੈਂ ਘਰ ਆ ਕੇ ਉਹਨਾਂ ਨੂੰ ਫੜਾ ਦਿੰਦੀ ਹਾਂ ਕੋਰਟ 'ਚ। ਫਿਰ ਮੈਨੂੰ ਫਿਰ ਫੋਨ ਕਰਦੇ ਆ ਦੂਜੇ ਦਿਨ ਵਿਸ਼ੇਸ਼ ਰਾਜ ਜੀ, ਕਹਿੰਦੇ ਕੁਲਵਿੰਦਰ ਤੁਸੀਂ ਕੋਰਟ ਜਾਓਗੇ? ਮੈਂ ਕਿਹਾ ਹਾਂਜੀ ਸਰ। ਚਲੀ ਗਈ। ਕਹਿੰਦਾ ਅੱਜ ਫਿਰ ਆਪਣਾ ਸਮਾਨ ਥੋੜ੍ਹਾ ਫੜ ਲਿਆ, ਮੈਨੂੰ ਬਠਿੰਡਾ ਬਾਈਪਾਸ 'ਤੇ ਫਿਰ ਭੇਜ ਦਿੰਦੇ ਆ। ਫਿਰ ਲਿਆ ਕੇ ਮੈਂ ਉਹਨਾਂ ਦਾ ਸਮਾਨ ਫੜਾ ਦਿੰਦੀ ਹਾਂ। ਫਿਰ ਮੈਨੂੰ ਕਿਸ਼ੋਰ ਸਾਹਿਬ ਜੱਜ ਸਾਹਿਬ ਦਾ ਫੋਨ ਆਉਂਦਾ, ਕਹਿੰਦੇ ਤੁਸੀਂ ਕੋਟਕਪੂਰਾ ਬਾਈਪਾਸ 'ਤੇ ਚੱਲੇ ਹੋ। ਅਤੇ ਉੱਥੇ ਮੈਂ ਜਦੋਂ ਜਾ ਕੇ ਖੜ ਜਾਂਦੀ, ਉੱਥੋਂ ਦੋ ਬੰਦੇ ਆਉਂਦੇ ਆ, ਤਾਂ ਕਿ ਉਹ ਮੈਨੂੰ ਪੁੱਛਦੇ ਤੁਹਾਡਾ ਨਾਂ ਕੁਲਵਿੰਦਰ ਹੈ? ਹਾਂਜੀ। ਆਹ ਸਮਾਨ ਆ, ਉਹ ਮੈਨੂੰ ਫੜਾ ਦਿੰਦੇ ਆ, ਮੈਂ ਲੈ ਕੇ ਆ ਜਾਂਦੀ ਹਾਂ। ਇਹ ਸਿਲਸਿਲਾ ਜੱਜਾਂ ਦਾ 5-7 ਮਹੀਨੇ ਲਗਾਤਾਰ ਇੱਦਾਂ ਹੀ ਚੱਲਦਾ ਵੀ ਲੈ ਸਮਾਨ ਲਿਆ ਕੇ ਦੇ ਦੇਣਾ। ਫਿਰ ਉਸ ਤੋਂ ਉਹ ਜਦੋਂ ਦੁਬਾਰੇ ਮੈਨੂੰ ਭੇਜਦੇ ਆ ਹੈ ਮੈਡਮ ਅਰਚਨਾ ਕੰਬੋਜ ਜੀ ਕੋਟਕਪੂਰਾ ਰੋਡ 'ਤੇ, ਕਹਿੰਦੀ ਆਪਣਾ ਸਮਾਨ ਫੜ ਲਿਆ। ਜਦੋਂ ਮੈਂ ਜਾਂਦੀ ਹਾਂ ਉੱਥੋਂ, ਮੇਰੇ ਹੱਥ 'ਚੋਂ ਉਹ ਥੈਲਾ ਵਾਪਸੀ 'ਤੇ ਡਿੱਗ ਪੈਂਦਾ। ਜਦੋਂ ਡਿੱਗਦਾ ਹੈ ਤਾਂ ਮੈਂ ਉਹ ਵੇਹਨੀ ਆ, ਤਰੀਆਂ ਟੁੱਟ ਜਾਂਦੀਆਂ ਅਤੇ ਉਹਦੇ ਵਿੱਚੋਂ ਸਬਜ਼ੀ ਡਿੱਗਦੀ ਹੈ। ਸਬਜ਼ੀ ਡਿੱਗਣ ਦੇ ਨਾਲ ਨਾਲ ਕੀ ਨਿਕਲਦਾ? ਵਿੱਚੋਂ ਪੈਸੇ। ਜਦੋਂ ਪੈਸੇ ਨਿਕਲਦੇ ਆ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਵੀ ਇੰਨੇ ਪੈਸੇ ਕਿਵੇਂ, ਕਾਹਦੇ ਤੋਂ? ਟੈਨਸ਼ਨ ਤਾਂ ਪੈਂਦੀ ਹੈ ਇੱਕ, ਹੁਣ ਇੰਨੇ ਪੈਸੇ ਆਪਾਂ ਕਿਹੜਾ ਕਦੇ ਵੇਖੇ ਆ, ਗਰੀਬ ਬੰਦੇ ਆ, ਆਪਾਂ ਚੁੱਕ ਕੇ ਲਿਆ ਕੇ ਉਹਨਾਂ ਨੂੰ ਦੇ ਦਿੰਦੇ ਹਾਂ। ਉਹ ਕਹਿੰਦੇ ਕੀ ਗੱਲ ਵੀ ਤੁਸੀਂ ਪਰੇਸ਼ਾਨ ਕਿਉਂ? ਮੈਂ ਕਿਹਾ ਨਹੀਂ ਮੈਡਮ ਜੀ ਕੋਈ ਗੱਲ ਇੱਦਾਂ ਦੀ ਨਹੀਂ। ਬਸ ਮੈਂ ਉਹਨਾਂ ਨੂੰ ਉਹਨਾਂ ਦੇ ਫੜਾ ਕੇ ਸਮਾਨ ਘਰ ਆ ਜਾਂਦੀ ਹਾਂ। ਫਿਰ ਮੈਨੂੰ 2-4 ਦਿਨ ਉਹ ਲਗਾਤਾਰ ਫੋਨ ਕਰਦੇ ਆ ਜਾਓ। ਮੈਂ ਕਹਿੰਦੀ ਮੈਂ ਠੀਕ ਨਹੀਂ, ਮੈਂ ਫਿਰ ਚੱਲੀ ਜਾਂਦੀ। ਫਿਰ ਮੈਨੂੰ ਐਂ ਹੁੰਦਾ ਮੈਂ ਕਿਸੇ ਕੋਲ ਗੱਲ ਕਰਾਂ, ਕਿਉਂਕਿ ਗੱਲ ਬਹੁਤ ਵੱਡੀ ਹੈ, ਕੱਲ੍ਹ ਨੂੰ ਕੋਈ ਨੀਕੀ ਹੁੰਦੀ ਹੈ ਅਤੇ ਐਵੇਂ ਮੈਨੂੰ ਫਸਾ ਦੇਣਗੇ। ਮੈਂ ਪਵਨ ਜੀ ਨੂੰ ਮਿਲਦੀ ਹਾਂ, ਰਪਾਣਾ ਨੂੰ, ਪਵਨ ਰਪਾਣਾ ਜੀ ਨੂੰ ਕੋਈ ਮੈਂ ਗੱਲ ਦੱਸਦੀ ਹਾਂ, ਪਵਨ ਜੀ ਯਕੀਨ ਨਹੀਂ ਕਰਦੇ।
ਕਹਿੰਦੇ ਨਹੀਂ। ਫਿਰ ਉਹ ਦਲਿਤ ਫਾਊਂਡੇਸ਼ਨ 'ਚ, ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ, ਸਰ ਕਹਿੰਦੇ ਆ ਵੀ ਤੁਸੀਂ ਗੱਲ ਕਰੋ, ਮੈਂ ਉਹਨਾਂ ਦੇ ਕੋਲ ਮੈਡਮ ਅਰਚਨਾ ਨੂੰ ਫੋਨ ਲਾਉਣੀ ਆ, ਪਵਨ ਰਪਾਣਾ ਜੀ ਦੇ ਕੋਲ ਬੈਠ ਕੇ। ਫਿਰ ਜਦੋਂ ਮੈਂ ਗੱਲ ਕਰਦੀ ਹਾਂ ਮੈਡਮ ਫੋਨ ਚੁੱਕਦੀ, ਕਹਿੰਦੀ ਬੇਟੇ ਆ ਜਾ। ਫਿਰ ਪਵਨ ਜੀ ਨੂੰ ਯਕੀਨ ਹੋ ਜਾਂਦਾ, ਫਿਰ ਮੈਂ ਇਹਨਾਂ ਨੂੰ ਇੰਨੀ ਗੱਲ ਦੱਸ ਕੇ ਜੇ ਵੀ ਮੈਂ ਚਲੀ ਜਾਂਦੀ ਹਾਂ। ਫਿਰ ਪਵਨ ਜੀ ਕਹਿੰਦੇ ਵੀ ਇਹਨਾਂ ਨੇ ਮੈਨੂੰ ਆਪਣੀ ਆਈਡੈਂਟੀ ਦੇ ਇੱਕ ਨੰਬਰ ਲੈ ਕੇ ਦਿੱਤਾ, ਜਿਹਦੇ ਅਕਸਰ ਹੀ ਉਹਨਾਂ ਦੀਆਂ ਗੱਲਾਂ ਬਾਤਾਂ ਮੇਰੇ ਨਾਲ ਹੁੰਦੀਆਂ ਰਹਿੰਦੀਆਂ ਸੀ ਸਾਰੇ ਜੱਜਾਂ ਦੀਆਂ। ਫਿਰ ਇੱਕ ਨਾ ਕਿਸ਼ੋਰ ਕੁਮਾਰ ਨੇ ਮੈਨੂੰ ਕਿਹਾ ਸੀ, ਕਹਿੰਦੇ ਵੀ ਜੇ ਕੋਈ ਕੇਸ ਕਰਵਾਉਣਾ ਹੋਵੇ ਨਾ ਥੋੜ੍ਹੇ ਘਣੇ ਪੈਸਿਆਂ 'ਚ ਕੇਸ ਕਰ ਦਿਆਂਗੇ ਕੁਲਵਿੰਦਰ, ਵੀ ਤੂੰ ਲੈ ਆਇਆ ਕਰ। ਮੈਂ ਕਿਹਾ ਚਲੋ। ਇਹਨਾਂ ਨੇ ਇਹਨਾਂ ਦੇ ਉਦੇ ਕਰਨ ਦਾ ਕੇਸ ਚੱਲਦਾ ਸੀ ਜ਼ਮੀਨ ਦਾ, ਮੈਂ ਪਵਨ ਜੀ ਕੋਲ ਆ ਕੇ ਗੱਲ ਕਰਤੀ ਸਰ ਐਂ ਕਰਕੇ ਆ। ਪਵਨ ਜੀ ਕਹਿੰਦੇ ਮੈਨੂੰ ਨਹੀਂ ਪਤਾ ਕੀ ਸੀ ਕੀ ਗੱਲਬਾਤ ਸੀ, ਮੈਂ ਗੱਲ ਕਰਦੀ ਹਾਂ ਕਿ। ਫਿਰ ਪਵਨ ਜੀ ਕਹਿੰਦੇ ਵੀ ਆਪਾਂ ਤੁਸੀਂ ਕਾਗਜ਼ ਪੱਤਰ ਵਿਖਾਓ, ਪੇਪਰ ਵੀ ਕੀ ਕਹਿੰਦੇ ਆ। ਮੈਂ ਉਹਨਾਂ ਨੂੰ ਪੇਪਰ ਵਿਖਾਉਣੀ ਆ, ਉਹ ਕਹਿੰਦੇ 6.5 ਲੱਖ ਰੁਪਇਆ ਲਵਾਂਗੇ, ਜ਼ਮੀਨ ਦਾ ਕੰਮ ਹੈ ਅਤੇ ਹੱਕ 'ਚ ਕਰ ਦਾਂਗੇ, 4 ਮਹੀਨੇ ਦਾ ਟਾਈਮ ਦੇਵਾਂਗੇ। ਉਹ ਉਹਨਾਂ ਨੂੰ 6.5 ਲੱਖ ਰੁਪਇਆ ਕਿਸ਼ੋਰ ਕੁਮਾਰ ਜੱਜ ਸਾਹਿਬ ਨੂੰ ਅਸੀਂ ਫੜਾ ਆਉਂਦੇ ਹਾਂ। ਫਿਰ ਉਸ ਤੋਂ ਬਾਅਦ ਨਿਕਲਦੀਆਂ ਕਿਰਪਾ ਰਾਮ ਸਟੈਨੋ ਕਹਿੰਦਾ ਜਿਹੜਾ ਮੈਡਮ ਦਾ ਵੀ ਪੋਸਟਾਂ ਨਿਕਲੀਆਂ 2017 8ਵੇਂ ਮਹੀਨੇ ਸੇਵਾਦਾਰ ਦੀਆਂ। ਕਹਿੰਦੇ ਆ ਵੀ ਤੁਸੀਂ ਮੈਡਮ ਕਦੀ ਸੈਪਰੇ ਕੋਟੇ 'ਚ ਹੁੰਦੇ ਆ 2-3 ਬੰਦੇ ਰੱਖਣੇ, ਜੇ ਤੁਸੀਂ ਲਵਾਉਣੇ ਆ ਤਾਂ ਲਵਾ ਸਕਦੇ ਹੋ। ਫਿਰ ਉਹਨਾਂ ਨੂੰ ਗੱਲ ਕੀਤੀ ਮੈਂ ਪਵਨ ਜੀ ਕੋਲ, ਪਵਨ ਜੀ ਕਹਿੰਦੇ ਚੱਲ ਆਪਾਂ ਕਰਦੇ ਹਾਂ। ਉਹ ਇੰਤਜ਼ਾਮ ਕਰਕੇ 10 ਲੱਖ ਰੁਪਇਆ ਮੈਡਮ ਨੇ ਮੰਗਿਆ, ਉਹ ਮੈਡਮ ਅਰਚਨਾ ਕੰਬੋਜ ਨੂੰ ਅਸੀਂ ਦੇ ਦਿੰਦੇ ਹਾਂ। ਮੈਡਮ ਕਹਿੰਦੀ ਫੜਾ ਦਿਓ ਮੇਰੇ ਕਿਰਪਾ ਰਾਮ ਸਟੈਨੋ ਨੂੰ, ਉਹਦੇ ਸਟੈਨੋ ਨੂੰ ਫੜਾ ਦਿੰਦੇ ਅਸੀਂ ਕਿਰਪਾ ਰਾਮ ਨੂੰ। ਫਿਰ ਉਸ ਤੋਂ ਬਾਅਦ ਮੈਡਮ ਨੇ ਇਹ ਗੱਲ ਕਹੀ ਹੁੰਦੀ ਹੈ ਵੀ ਜੇ ਸੇਵਾਦਾਰ ਨਾ ਤੁਹਾਡੇ ਬੰਦੇ ਲੱਗੇ ਤਾਂ ਅਸੀਂ ਇਹ ਪੈਸਾ ਵਾਪਸ ਦੇਵਾਂਗੇ। ਜਦੋਂ ਸੇਵਾਦਾਰ ਨਹੀਂ ਲੱਗਦੇ ਉਹ ਟਾਈਮ ਤਰੀਕ ਟੱਪ ਜਾਂਦੀ ਉਹ ਬੰਦਿਆਂ ਦੀ, ਅਤੇ ਉਹ ਮਤਲਬ ਕਿ ਫਿਰ ਅਸੀਂ ਪੁੱਛਣ ਲੱਗ ਜਾਂਦੇ ਹਾਂ ਮੈਡਮ ਜੀ ਵੀ ਤੁਸੀਂ ਬੰਦੇ ਨਹੀਂ ਲਵਾਏ ਗਏ, ਉਹਨਾਂ ਦੀ ਪੇਮੈਂਟ ਵਾਪਸ ਕਰ ਦਿਓ। ਕਹਿੰਦੀ ਹਜੇ ਵੇਟਿੰਗ 'ਚ ਆ, ਵੇਟਿੰਗ 'ਚ ਕਾਫੀ ਦਿਨ ਤਰੀਕ ਤੋਂ ਬਾਅਦ ਵੀ ਐਂ ਕਰੀ ਗਏ, ਵੇਟਿੰਗ 'ਚ ਆ, ਵੇਟਿੰਗ 'ਚ ਨਹੀਂ ਲੱਗਦੇ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਦਿਨ ਰਾਤ ਹੀ ਕਰਦੇ ਹਾਂ, ਅੱਜ ਸਵੇਰ ਕਰਨ ਲੱਗ ਜਾਂਦੇ, ਉਸ ਤੋਂ ਬਾਅਦ ਦਰਖਾਸਤ ਦਿੰਦੇ ਹਾਂ DSP ਵਿਜੀਲੈਂਸ ਮਨਜੀਤ ਸਿੰਘ 31 ਦਸੰਬਰ 2017 ਨੂੰ। ਉੱਥੋਂ ਫਿਰ ਅਸੀਂ ਕਿਰਪਾ ਰਾਮ ਕਚਹਿਰੀ ਦੇ ਵਿੱਚੋਂ ਲਿਆਉਂਦੇ ਹਾਂ, ਚੁਕਵਾ ਕੇ DSP ਵਿਜੀਲੈਂਸ ਲਿਆਉਂਦਾ ਵੀ ਹੈ। ਫਿਰ ਉਹ ਕਹਿੰਦੇ ਆ ਵੀ ਉਹ ਮੰਨਦਾ ਵੀ ਹੈ ਕਿਰਪਾ ਰਾਮ ਵੀ ਅਸੀਂ 10 ਲੱਖ ਰੁਪਇਆ ਦੇਣਾ। ਫਿਰ ਇਹ ਮੈਡਮ ਕਰਾਰ ਵੀ ਲੈਂਦੀ ਹੈ ਵੀ 2-3 ਦਿਨਾਂ ਦਾ ਕਰਾਰ ਦਿਓ ਅਸੀਂ ਪੇਮੈਂਟ ਕਰਾਂਗੇ। ਫਿਰ ਇਹ ਕਰਾਰ ਲੈ ਕੇ 2-3 ਦਿਨਾਂ ਦਾ ਟਾਈਮ ਟਪਾ ਦਿੰਦੀ ਹੈ। ਫਿਰ ਇਹ ਜਿਹੜਾ ਮਨਜੀਤ ਸਿੰਘ DSP ਵੀ ਸਾਨੂੰ ਕਹਿ ਦਿੰਦਾ ਵੀ ਮੇਰੇ ਵੱਸ ਦਾ ਰੋਗ ਨਹੀਂ, ਤੁਸੀਂ ਉੱਚੇ ਅਧਿਕਾਰੀ ਤੋਂ ਕਾਰਵਾਈ ਕਰਵਾ ਲਓ, ਮੈਨੂੰ ਦਬਕੇ ਮਾਰਦੇ ਆ। ਵਿਸ਼ੇਸ਼ ਰਾਜ ਜੀ ਕਹਿੰਦੇ ਜੇ ਤੁਹਾਨੂੰ ਨੌਕਰੀ ਦੀ ਲੋੜ ਹੈਗੀ ਆ ਤੇ ਵੀ ਜੇ ਤਾਂ ਕਰਨੀ ਹੈ ਤੈਨੂੰ ਨੌਕਰੀ ਪਿਆਰੀ ਹੈ ਤਾਂ ਵੇਖ ਲਾ, ਨਹੀਂ ਤੇ ਇਸ ਕਾਰਵਾਈ ਦੇ ਨਾ ਕਰੀ ਤੂੰ। ਫਿਰ ਉਹ ਸਾਨੂੰ ਮੈਨੂੰ ਬੁਲਾਉਣ ਲੱਗ ਜਾਂਦਾ, ਉਹ ਮਨਜੀਤ ਸਿੰਘ DSP ਮੇਰੇ ਤੇ ਪ੍ਰੈਸ਼ਰ ਪਾਉਣ ਲੱਗ ਜਾਂਦਾ ਵੀ ਤੁਸੀਂ ਆ ਕੇ ਕਹਿ ਕੇ ਇੱਥੇ ਲਿਖ ਕੇ ਦੇ ਕੇ ਜਾਓ ਵੀ ਅਸੀਂ ਉੱਚੇ ਅਧਿਕਾਰੀ ਤੋਂ ਕਾਰਵਾਈ ਕਰਾਉਣੀ ਹੈ। ਮੈਂ ਕਿਹਾ ਸਰ ਨਹੀਂ ਅਸੀਂ ਨਹੀਂ ਆਇਆ ਲਿਖ ਕੇ ਦੇਣਾ। ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹਿੰਦੀ ਤੁਸੀਂ ਮੇਰੇ ਬਿਆਨ ਲੈ ਲਓ, ਉਹ ਮੇਰੇ ਬਿਆਨਾਂ 'ਤੇ ਨਹੀਂ ਆਉਂਦੇ। ਉਹ ਕਹਿੰਦੇ ਵੀ ਤੁਹਾਨੂੰ ਜੱਸੇ ਨੇ ਨਹੀਂ ਸਮਝਾਇਆ ਵੀ ਬਿਆਨ, ਤੁਹਾਨੂੰ ਸਾਹਿਬ ਨੇ ਨਹੀਂ ਕਿਹਾ। ਮੈਂ ਕਿਹਾ ਨਹੀਂ ਸਰ, ਮੈਂ ਜਦੋਂ ਬਿਆਨ ਦੇਣੇ ਆ ਤੁਸੀਂ ਮੇਰੇ ਬਿਆਨ ਲਵੋ ਵੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ, ਉਹ ਬਾਅਦ ਦੀ ਗੱਲ, ਪਹਿਲਾਂ ਤੁਸੀਂ ਮੇਰੇ ਬਿਆਨ ਲਵੋ। ਜਦੋਂ ਮੈਂ ਐਫੀਡੈਵਿਟ ਦਿੱਤਾ 100 ਰੁਪਏ ਦਾ ਸਟਾਮ ਦਿੱਤਾ, ਫਿਰ ਮੇਰੀ ਕਿਉਂ ਨਹੀਂ ਕਾਰਵਾਈ ਹੁੰਦੀ? ਫਿਰ ਮੈਂ ਬੜਾ ਰੋਣੀ ਕਲਪਦੀ ਹਾਂ, ਮੈਂ ਇਹਨਾਂ ਦੇ ਘਰ 7-7 ਵਜੇ ਤੀਕਰ ਮੈਨੂੰ ਇਹ ਬਿਠਾਈ ਰੱਖਦੇ, DSP ਵਿਜੀਲੈਂਸ ਵੀ 11 ਜਨਵਰੀ 2018 ਤੀਕਰ ਇਹੀ ਗੱਲ ਚੱਲਦੀ ਹੈ।
ਜਦੋਂ ਉਸ ਤੋਂ ਬਾਅਦ ਨਹੀਂ ਕੋਈ ਕਾਰਵਾਈ ਹੁੰਦੀ, ਫਿਰ ਅਸੀਂ ਅੱਕ ਥੱਕ ਕੇ ਦਰਖਾਸਤਾਂ ਕਰਦੇ ਹਾਂ 26 ਫਰਵਰੀ 2018 ਨੂੰ ਸਾਰੇ ਕਰਦੇ ਹਾਂ DS ਪੂਰੀਆਂ ਦਰਖਾਸਤਾਂ ਕਰਦੇ ਹਾਂ ਅਸੀਂ ਪੂਰੀਆਂ ਦਰਖਾਸਤਾਂ ਕੱਢਦੇ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਗ੍ਰਹਿ ਮੰਤਰਾਲੇ, ਅਸੀਂ ਸਾਰੀਆਂ ਦਰਖਾਸਤਾਂ ਕੱਢਦੇ ਹਾਂ। ਦਰਖਾਸਤਾਂ ਦੇ ਖਿਲਾਫ ਸਾਡਾ ਹਾਈ ਕੋਰਟ ਵੱਲੋਂ ਇੱਕ ਅਪਲਾਈ ਆਉਂਦਾ, ਜਿਹਦੇ ਵਿੱਚ ਇਹ ਕਹਿੰਦੇ ਨੇ ਵੀ ਤੁਸੀਂ ਨਾ ਇੱਕ ਐਫੀਡੇਵਿਟ ਦਿਓ ਜੇ ਤੁਸੀਂ ਕਾਰਵਾਈ ਕਰਾਉਣੀ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਇੱਕ ਐਫੀਡੇਵਿਟ ਦਿੰਦੇ ਹਾਂ, ਉਹਦੇ ਵਿੱਚ 100 ਰੁਪਏ ਦਾ ਐਫੀਡੇਵਿਟ ਲਿਖ ਕੇ ਅਸੀਂ ਇਹ ਭੇਜਦੇ ਹਾਂ ਵੀ ਸਾਨੂੰ ਇੱਥੇ ਕੋਈ ਨੋਟਰੀ ਨਹੀਂ ਸਰ ਕਰਕੇ ਦਿੰਦਾ ਪਿਆ, ਅਸੀਂ ਐਫੀਡੇਵਿਟ ਦਿੰਦੇ ਹਾਂ ਬਾਏ ਨੇਮ, ਤੁਸੀਂ ਸਾਡੀ ਕਾਰਵਾਈ ਕਰੋ, ਜੇ ਨਹੀਂ ਤਾਂ ਅਸੀਂ ਇੱਥੇ ਆ ਜਾਂਦੇ ਹਾਂ ਤੁਹਾਡੇ ਕੋਲ। ਉਹ ਸਾਨੂੰ ਉਸ ਤੋਂ ਬਾਅਦ ਫਿਰ ਨਹੀਂ ਕੋਈ ਗੱਲ ਕਰਦੇ, ਅਸੀਂ ਜਦੋਂ ਅਪਲਾਈ ਦੇ ਅਸੀਂ ਦੇ ਦਿੰਦੇ ਹਾਂ, ਭੇਜ ਦਿੰਦੇ ਉਹਨਾਂ ਨੂੰ ਐਫੀਡੇਵਿਟ। ਫਿਰ ਉਸ ਤੋਂ ਬਾਅਦ ਅਸੀਂ ਦਰਖਾਸਤ ਸਾਡੀ ਆਉਂਦੀ ਹੈ ਵਿਜੀਲਾ ਦੂਜਾ CID ਆਫਿਸ ਕਰਨ ਸਿੰਘ DSP ਕਰਨ ਸਿੰਘ ਕੋਲੇ, ਫਿਰ ਉਸ ਤੋਂ ਬਾਅਦ ਉਹਨਾਂ ਦਾ ਐਕਸਪੈਕਟਰ ਬੂਟਾ ਸਿੰਘ ਸਾਡੇ ਬਿਆਨ ਲੈਂਦਾ। ਮੈਨੂੰ ਲਗਾਤਾਰ ਉਹ 3 ਦਿਨ ਹਰਾਸਮੈਂਟ ਕਰਦਾ, ਸੱਦ ਸੱਦ ਕੇ ਦਬਕੇ ਮਾਰਦੇ, ਵਾਧੂ ਕੁਛ ਕਰਦੇ, ਤੁਸੀਂ ਐਂ ਦੱਸੋਗੇ। ਫਿਰ ਉਹ ਕਹਿੰਦੇ ਕਦੀ ਜੱਜਾਂ 'ਤੇ ਵੀ ਕਾਰਵਾਈ ਹੋਈ, ਕਹਿੰਦਾ ਉਹ ਤਾਂ ਜਿਵੇਂ ਮਰਜ਼ੀ ਕਰ ਲਾ। ਤੇ ਪਵਨ ਜੀ ਦੇ ਬਿਆਨ ਹੋ ਜਾਂਦੇ ਆ, ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਉਹਨਾਂ ਦੇ ਬਿਆਨ ਹੋ ਜਾਂਦੇ ਆ, ਮੈਂ ਕੰਪਲੇਟਣ ਆ, ਮੇਰੇ ਬਿਆਨ ਨਹੀਂ ਹੁੰਦੇ। ਮੈਨੂੰ ਉੱਥੋਂ ਵੀ ਇਨਸਾਫ਼ ਨਹੀਂ ਮਿਲਿਆ, ਮੇਰੀ ਉੱਥੇ ਇੱਕ ਦਰਖਾਸਤ ਆਉਂਦੀ ਹੈ ਸਿਕਿਉਰਿਟੀ ਵਾਸਤੇ, ਉਹਨਾਂ ਵੀ ਮੇਰੇ ਬਿਆਨ ਨਹੀਂ ਲਏ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਅੱਕ ਥੱਕ ਕੇ ਵੀ ਸਿਕਿਉਰਿਟੀ ਲਈ ਦਰਖਾਸਤਾਂ ਵੀ ਕੱਢੀਆਂ, ਸਾਨੂੰ ਧਮਕੀਆਂ ਆਉਂਦੀਆਂ, ਅਸੀਂ ਨੰਬਰਾਂ ਸਮੇਤ ਦਿੱਤੀਆਂ, ਜਿਹੜੇ ਜਿਹੜੇ ਨੰਬਰਾਂ 'ਤੇ ਸਾਨੂੰ ਜੱਜ ਸਾਹਿਬ ਧਮਕੀਆਂ ਦਿੰਦੇ ਆ, ਸਾਨੂੰ ਗੁੰਡਿਆਂ ਤੋਂ ਧਮਕੀਆਂ ਦਵਾਉਂਦੇ ਆ ਜਾਂ ਕਿਸੇ ਤੋਂ ਦਵਾਉਂਦੇ ਆ, ਪਵਨਜੀਰ ਪਾਣਾ ਨੂੰ ਵੀ ਇੰਨੀਆਂ ਧਮਕੀਆਂ ਆਉਂਦੀਆਂ ਸੀ, ਮੇਰੇ ਫੋਨ 'ਤੇ ਮੈਨੂੰ ਹੀ ਕਿਹਾ ਜਾਂਦਾ ਸੀ ਆਪਣੀ ਕਾਰਵਾਈ ਬੰਦ ਕਰ ਲਾ, ਜੇ ਨਹੀਂ ਕਰਦੀ ਤਾਂ ਦੇਖ ਲਾ ਤੇਰਾ ਬੱਚਾ ਨਹੀਂ ਰਹਿਣਾ, ਨਾ ਤੇਰੇ ਬੱਚੇ ਰਹਿਣੇ, ਨਾ ਪਵਨ ਜੀ ਦਾ ਪਰਿਵਾਰ ਰਹਿਣਾ। ਮੈਂ ਬਹੁਤ ਰੋਈ ਕਲਾਈ ਕਲਪੀ ਕਲਪੀ ਕਿ ਮੈਂ ਇੰਨਾ ਇੰਨਾ ਮੇਰੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਮੈਨੂੰ ਇੰਨੇ ਕੁ ਦਬਕੇ ਮਾਰੇ ਆ, ਇਨਸਾਫ ਦੀ ਥਾਂ 'ਤੇ ਕੁਛ ਨਹੀਂ ਮਿਲਦਾ। ਇਨਸਾਫ ਤਾਂ ਜਿੰਨਾ ਮਰਜ਼ੀ ਟੱਕਰਾਂ ਮਾਰ ਜਾਓ, ਕੋਈ ਹਾਈ ਕੋਰਟ ਨਹੀਂ, ਕੋਈ ਸੁਪਰੀਮ ਕੋਰਟ ਨਹੀਂ, ਕੋਈ ਲੋਅਰ ਕੋਰਟ ਨਹੀਂ, ਕੋਈ ਥਾਣਾ ਨਹੀਂ, ਕੋਈ ਸਿਟੀ ਨਹੀਂ। SSP ਨੂੰ ਅਸੀਂ ਦਰਖਾਸਤ ਦਿੰਦੇ ਹਾਂ, ਸਾਡੀਆਂ ਸਾਡੇ ਨੰਬਰ ਦੀਆਂ ਸਾਨੂੰ ਕਾਲ ਡਿਟੇਲਾਂ ਤੋਂ ਕੱਢ ਕੇ ਸਾਨੂੰ ਨਹੀਂ ਦਿੱਤੀਆਂ ਜਾਂਦੀਆਂ। SSP ਵੀ ਕਹਿੰਦਾ ਨਹੀਂ ਨਿਕਲਦੀਆਂ। ਫਿਰ ਅਸੀਂ ਸ਼ੋਕ ਜੀ SHO ਨੂੰ ਦਿੰਦੇ ਹਾਂ ਸਿਟੀ ਮੁਕਤਸਰ, ਉਹ ਵੀ ਕਹਿੰਦਾ ਮੈਂ ਦਰਜ ਨਹੀਂ ਤੁਹਾਡੀ ਦਰਖਾਸਤ ਕਰ ਸਕਦਾ। ਦੱਸੋ ਇਨਸਾਫ ਹੈਗਾ ਕਿੱਥੇ ਆ, ਕਿੱਥੇ ਜਾਈਏ, ਕਿਹਨੂੰ ਕਹੀਏ ਜਾ ਕੇ, ਸਾਰਾ ਭ੍ਰਿਸ਼ਟ ਹੋਇਆ ਪਿਆ। ਮੇਰੀ ਬੇਨਤੀ ਹੈ ਵੀਰ ਭੈਣ ਭਰਾਵਾਂ ਨੂੰ, ਮੇਰੀ ਸਪੋਰਟ ਕਰੋ, ਮੇਰੇ ਕੋਲ ਵਕੀਲ ਕਰਨ ਨੂੰ ਵੀ ਕੋਈ ਪੈਸਾ ਨਹੀਂ, ਔਰ ਜੱਜਾਂ ਦੀਆਂ ਧਮਕੀਆਂ ਲਗਾਤਾਰ ਆ ਰਹੀਆਂ, ਔਰ ਪਵਨ ਰਪਾਣਾ ਜੀ ਨੂੰ ਵੀ ਬਹੁਤ ਦੇ ਰਹੇ ਆ, ਉਹ ਕਿਉਂ ਮੇਰਾ ਕੇਸ ਚੱਕਿਆ, ਬਹੁਤ ਜ਼ਿਆਦਾ ਦਿੰਦੇ। ਉਹ ਮੈਨੂੰ ਹੀ ਕਹਿੰਦੇ ਅਸੀਂ ਪਵਨ ਜੀ ਨੂੰ ਮਰਵਾ ਦਾਂਗੇ, ਅਸੀਂ ਉਹਦੇ ਬੱਚਿਆਂ ਕਰਾ ਦਾਂਗੇ। ਉਹ ਮੈਨੂੰ ਵੀ ਕਹਿੰਦੇ ਤੇਰੇ ਬੱਚਿਆਂ ਨੂੰ ਐਂ ਕਰਵਾ ਦਾਂਗੇ, ਤੈਨੂੰ ਮਰਵਾ ਦਾਂਗੇ, ਤੂੰ ਕੀ ਕਰ ਲੇਂਗੀ, ਦੇਖਾਂਗੇ ਤੂੰ ਕੀ ਕਰਕੇ ਰਹੇਂਗੀ। ਮੈਡਮ ਅਰਚਨਾ ਨੇ ਬਹੁਤ ਪਰੇਸ਼ਾਨ ਕੀਤਾ, ਹਰ ਜੱਜ ਮੈਨੂੰ ਚਾਰੇ ਪੰਜੇ ਜਾਣੇ, ਕਿਰਪਾ ਰਾਮ ਤੁਸੀਂ ਇਹ ਸੋਚੋ, ਕਿਰਪਾ ਰਾਮ ਦੀ ਹਜੇ ਪਈ ਸੀ, ਉਹਨੇ 4 ਸਾਲ ਪਹਿਲਾਂ ਰਿਟਾਇਰਮੈਂਟ ਲਈ, ਠੀਕ ਆ, ਉਹਨੇ ਵੀਜ਼ਾ ਲਵਾਇਆ, ਅਸੀਂ ਉਹਦਾ ਵੀਜ਼ਾ ਕੈਂਸਲ ਕਰਵਾਇਆ। ਕਾਰਵਾਈ ਦੱਸੋ ਤੁਸੀਂ, ਜੇ ਵੀਜ਼ਾ ਕੈਂਸਲ ਹੋ ਸਕਦਾ ਫਿਰ ਵੀ ਉਹਨੂੰ ਚੁੱਕ ਨਹੀਂ ਸਕਦੇ ਸੀ, ਉਹਨੂੰ ਚੁੱਕ ਕੇ ਨਹੀਂ ਪੁੱਛਦਾ ਕਰ ਲਈ। ਅਸੀਂ ਕੰਪਲੇਟਾਂ ਪਾਈਆਂ, ਸਾਨੂੰ ਅੱਜ ਤੱਕ ਕਿਸੇ ਨੇ ਸੰਪਰਕ ਨਹੀਂ ਕੀਤਾ, ਸਾਨੂੰ ਨਹੀਂ ਕੀਤਾ। ਉਹਨਾਂ ਨਾਲ ਹਰ ਬੰਦਾ ਕਰਦਾ, ਹਰ ਬੰਦਾ ਉਹਨਾਂ ਨਾਲ ਗੱਲ ਕਰਦਾ, ਉਹਨਾਂ ਨੂੰ ਸਾਡੀ ਕਾਰਵਾਈ ਦਾ ਕਿਵੇਂ ਪਤਾ ਲੱਗ, ਕਿਉਂਕਿ ਵਿੱਚੋਂ ਰਲੇ ਆ।
ਵੇਖੋ ਹਾਈ ਕੋਰਟ 'ਚ ਵੀ ਉਹਨਾਂ ਨੂੰ ਹਰ ਪਲ ਪਲ ਦਾ ਪਤਾ ਲੱਗਦਾ ਹੈ, ਹਰ ਗੱਲ ਦਾ, ਅਸੀਂ ਕਿੱਥੇ ਐਪਲੀਕੇਸ਼ਨ ਪਾਉਣੀ, ਕੀ ਕਰਦੇ ਹਾਂ, ਸਾਰਾ ਉਹਨਾਂ ਨੂੰ ਪਤਾ ਹੁੰਦਾ। ਸਾਨੂੰ ਤਾਂ ਹੀ ਉਹ ਧਮਕੀਆਂ ਲਗਾਤਾਰ ਦਿੰਦੇ ਪਏ ਆ। ਮੇਰੀ ਇੱਕ ਜਨਤਾ ਨੂੰ ਬੇਨਤੀ ਹੈ, ਵੀਰ ਭੈਣ ਭਰਾਓ, ਮੇਰੀ ਸਪੋਰਟ ਕਰ ਦਿਉ, ਨਹੀਂ ਤਾਂ ਸਾਨੂੰ ਮਰਵਾ ਦੇਣਗੇ। ਮੇਰੇ ਨਿੱਕੇ ਨਿੱਕੇ ਬੱਚੇ ਆ, ਅਸੀਂ ਰੋਲ ਜਾਵਾਂਗੇ। ਮੇਰਾ ਕੋਈ ਰਹਿਣ ਦਾ ਟਿਕਾਣਾ ਨਹੀਂ, ਕੋਈ ਮੇਰਾ ਘਰ ਨਹੀਂ, ਕੋਈ ਮੇਰਾ, ਕੋਈ ਮੈਂ ਕਿਰਾਏ 'ਤੇ ਰਹਿਣ ਵਾਲੀ ਹਾਂ, ਵਿਧਵਾ ਮੈਂ ਔਰਤ ਹਾਂ। ਦੱਸੋ ਮੈਂ ਕਿੱਥੋਂ ਇੰਨਾ ਪੈਸਾ ਲਿਆ ਕੇ ਕਿੱਥੋਂ ਕਾਰਵਾਈਆਂ ਕਰਵਾਵਾਂ। ਪਰ ਮੇਰੀ ਜਨਤਾ, ਵੀਰ ਭੈਣ ਭਰਾਓ, ਤੁਸੀਂ